ਇਹ ਬਾਜੀ ਲੈ ਕੇ ਆਉਂਦੇ ਲੈ ਕੇ ਆਏ ਤੁਸੀਂ? ਅੱਛਾ ਅੱਛਾ, ਹਾਂਜੀ ਮੈਂ ਜਾਣਾ ਸ਼ਮੀ ਨਗਰ ਤੇ ਮੈਂ ਕਿਹਾ ਪਹਿਲਾਂ ਨਾ ਬਾਜੀ ਨਾਲੇ ਵੀਡੀਓ ਬਣਾ ਦਿੰਦੀ ਹਾਂ ਅਤੇ ਨਾਲੇ ਅਸੀਂ ਵੇਖ ਲੈਂਦੇ ਮੈਂ ਦਿੰਦੀ ਹਾਂ ਕੈਂਚੀ ਇੱਕ ਆਲੂ ਕੈਂਚੀ ਤੀਨ ਸੂਟ ਮਾਸ਼ਾਅੱਲਾ ਯੇ ਤੀਨ ਸੂਟ ਆਪਕੋ ਨਾ ਮਿਲੇ ਮਾਸ਼ਾਅੱਲਾ ਬਹੁਤ ਪਿਆਰਾ ਪ੍ਰਿੰਟ ਹੈ ਇਸਕਾ ਵੀ ਪੋਸਟਰ ਤੇ ਮੈਨੂੰ ਲੱਗ ਰਿਹਾ ਖੋਲ ਕੇ ਦਿਖਾਤੇ ਹੈ ਜੀ ਲੈ ਬੇਟਾ ਸਿਲਾਈ ਕਿੱਥੋਂ ਇਹਦੇ ਇਹ ਪਤਾ ਹੈ ਮਾਮਾ ਕਿਉਂ ਖੁਸ਼ ਹੋਈਏ ਕਿਉਂਕਿ ਮੰਮਾ ਦੇ ਨਾਲ ਅੱਛਾ ਜੀ ਇਹ ਫਰੰਟ ਸਾਈਡ ਹੈ ਗਲਾ ਕਢਾਈ ਹੋਇਆ ਵਾ ਉਹ ਇਹ ਦੇਖੀ ਇਹ ਫਰੰਟ ਬੈਕ ਸਾਈਡ ਹੈ ਫਰੰਟ ਬੈਕ ਅਤੇ ਬਾਜੂ ਹਾਂਜੀ ਹਾਂਜੀ ਇਹ ਬਾਰਡਰ ਬਾਜੀ ਨੀਚੇ ਲਗਾ ਕੇ ਲਾਜ਼ਮੀ ਇਹ ਸਿਲਾਈ ਕਰਿਓ ਹਾਂਜੀ ਸੋਹਣੀ ਕਢਾਈ ਲਾਲ ਬਾਜੀ ਜੀ ਲੋਨ ਵੀ ਬੜੀ ਜ਼ਬਰਦਸਤ ਹੈ ਨਾ ਲੋਨ ਪਿਆਰੀ ਖਾੜੀ ਦਾ ਖਾੜੀ ਗੱਲ ਅੱਛਾ ਇਹ ਵਾਲੇ ਬਾਜ਼ੂ ਮੈਂ ਕਿਹਾ ਬਾਜ਼ੂ ਹੋਰ ਨੀਚੇ ਨਾਲ ਬਣਨੇ ਨੇ ਅੱਛਾ ਅੱਛਾ ਫਿਰ ਤਾਂ ਹਾਂਜੀ ਬਾਜ਼ੂ ਦਾ ਅੱਛਾ ਜੀ ਬਾਜ਼ੂ ਬਹੁਤ ਪਿਆਰ ਦੁਪੱਟਾ ਵੀ ਮੈਨੂੰ ਬਾਜੀ ਲਾਉਣ ਦੇ ਦੁਪੱਟੇ ਸੋਹਣੇ ਲੱਗਦੇ ਨੇ ਰੇਸ਼ਮੀ ਦੁਪੱਟੇ ਆ ਵੇਖੇ ਗਰਮ ਹੋ ਜਾਂਦੇ ਨੇ ਬਾਜੀ ਮੈਨੂੰ ਖੁਦ ਨਹੀਂ ਚੰਗੇ ਲੱਗਦੇ ਰੇਸ਼ਮੀ ਦੁਪੱਟੇ ਅੱਗੇ ਇਹ ਵੀ ਖਾੜੀ ਦੇ ਹਾਂਜੀ ਪੂਰਾ ਦੁਪੱਟਾ ਵੀ ਅਤੇ ਨਾਲੇ ਐਵੇਂ ਜੀ ਲਾਉਣ ਬਹੁਤ ਪਿਆਰੀ ਜੀ ਮਾਸ਼ਾਅੱਲਾ ਅੱਲਾ ਪਾਕ ਅੱਛਾ ਜੀ ਉਸ ਬਾਜੀ ਨੂੰ ਆਂਟੀ ਨੂੰ ਤੰਦਰੁਸਤੀ ਜ਼ਿੰਦਗੀ ਦੇ ਜਿਹਨਾਂ ਨੇ ਭੇਜੇ ਨੇ ਹਾਂਜੀ ਅੱਲਾ ਬਹੁਤ ਜ਼ਿਆਦਾ ਦੇ ਉਹਨਾਂ ਹਾਂਜੀ ਬਿਲਕੁਲ ਆਮੀਨ ਆਹ ਜਿਹੜੀ ਵਾਈਟ ਪੱਟੀ ਹੈ ਨਾ ਇਹ ਅੱਛਾ ਬ੍ਰਾਂਡਿਡ ਸੂਟ ਦੀ ਅਲਾਮਤ ਹੈ ਇਹ ਵਾਲੀ ਜਿਹੜੀ ਪੱਟੀ ਹੈ ਨਾ ਇਹ ਵਾਲੀ ਸ਼ੁਕਰ ਹੈ ਤੁਹਾਡੇ ਆਉਣਾ ਮੇਰੀ ਧੀ ਖੁਸ਼ ਹੋਈ ਤੇ ਕਿਹਾ ਸ਼ੁਕਰ ਤੁਹਾਡੇ ਆਉਣਾ ਮੇਰੀ ਧੀ ਖੁਸ਼ ਹੋਈ ਪੁੱਛੋ ਮੈਨੂੰ ਨਾ ਫਾਤਮਾ ਪੁੱਪੋ ਜੀ ਹੈ ਅੱਛਾ ਜੀ ਇਹ ਬਲੂ ਹੈ ਕੰਟਰਾਸਟ ਹੈ ਜੀ ਕੰਟਰਾਸਟ ਸੂਟ ਮੈਨੂੰ ਬੜੇ ਪਿਆਰੇ ਲੱਗਦੇ ਮੈਨੂੰ ਸਿੱਧੇ ਪੱਧਰੇ ਨਹੀਂ ਸੋਹਣੇ ਲੱਗਦੇ ਕੰਟਰਾਸਟ
ਇਹ ਸ਼ਲਵਾਰ ਹੈ ਜੀ, ਸਿੰਪਲ ਸਾਦਾ। ਹਾਂਜੀ, ਇੰਨੇ ਸੋਹਣਾ ਸੂਟ ਹੈ। ਇਹ ਜਾ ਇਹ ਅੱਬੂ ਜੀ ਨਾਲ ਇੰਝ ਕਰਦੀ, ਆ ਲਓ ਆ ਲਓ, ਛੋੜੋ 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 ਛੋੜੋ। ਹਾਂਜੀ ਬਾਜੀ, ਇਹ ਬਾਰਡਰ ਇਹਦੀ ਵੀ ਲੋੜ ਸੋਹਣੀ ਨੂੰ ਬਾਜੀ। ਇਹ ਨਾ ਇਹਦਾ ਪੋਸਟਰ ਕਿੱਥੇ? ਹਾਂਜੀ ਇਹ ਵੀ ਖਾਡੀ ਦੇ, ਖਾਡੀ ਦੇ ਨੇ ਦੋਨੇ ਸੂਟ। ਇਹ ਸੋਹਣਾ ਬਾਰਡਰ ਵੀ ਇਹਦਾ ਸੋਹਣਾ ਮਾਸ਼ਾਅੱਲਾ। ਇਹ ਬਾਰਡਰ ਲਾ ਕੇ ਨਾ ਬਿਲਕੁਲ ਅੱਛਾ ਜੀ, ਓਰੀਜਨਲ ਕਲਰ ਇਹਦੇ 'ਚ ਆ ਰਿਹਾ ਬਾਜੀ। ਬਾਰਡਰ ਨੀਚੇ ਲਗਾ ਕੇ ਨਾ ਅਤੇ ਫਿਰ ਸੂਟ ਸਿਲਾਈ ਕਰਿਓ। ਸੂਟ ਖੁੱਲ੍ਹਾ, ਇਹ ਚੁੰਨੀ ਹੈ ਦੇਖੋ, ਪਹਿਲਾਂ ਹੀ ਪਤਾ ਚੱਲ ਰਿਹਾ ਚੁੰਨੀ ਦੀ ਸੋਹਣੀ, ਪਿਆਰਾ ਦੁਪੱਟਾ ਇਹਦਾ। ਨਹੀਂ ਇਹ ਦੁਪੱਟਾ ਬਾਜੀ, ਦੁਪੱਟੇ ਦੇ ਸਿਰ 'ਤੇ ਜਿਹੜਾ ਨਾ ਸੂਟ ਸੋਹਣਾ ਲੱਗਦਾ। ਅਤੇ ਇਹ ਨਾਲ ਖਾ ਅਤੇ ਚੈੱਕ ਕਰ ਰਹੇ ਦੁਪੱਟੇ ਖੁੱਲ੍ਹੇ ਕਿੰਨੇ ਨੇ। ਅੱਛਾ ਜੀ, ਕਮੈਂਟ ਸੈਕਸ਼ਨ 'ਚ ਲਾਜ਼ਮੀ ਦੱਸਿਆ ਜੀ ਕਿ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਇਹ ਸੂਟ। ਹਾਂਜੀ ਨਹੀਂ ਨਹੀਂ ਲਾਉਣ ਵੀ ਖਾਡੀ ਦੇ ਸੂਟ ਨੇ, ਲਾਉਣ ਵੀ ਬੜੀ ਪਿਆਰੀ ਹੈ। ਹਾਂਜੀ ਬ੍ਰਾਂਡਡ ਸੂਟ ਨੇ, ਔਰ ਨਾਲੇ ਮੈਮਾ ਤਾਂ ਖੁਸ਼ ਹੁੰਦੀਆਂ ਨਾ, ਮੰਮਾ ਦੇ ਨਾਲ ਮੇਰੇ ਬਣ ਜਾਣੇ ਨੇ। ਔਰ ਲਓ ਜੀ ਇਹ ਵਿੱਚ ਪੋਸਟਰ ਸਵਾਲ ਕੇ ਰੱਖਣਾ, ਫਿਰ ਬੰਦਾ ਵੇਖ ਕੇ ਨਾ ਸਿਲਾਈ ਕਰ ਲੈਂਦਾ। ਹਾਂਜੀ ਇਹ ਵੀ ਖਾਡੀ ਦੇ, ਇਹ ਵੀ ਕੰਟਰਾਸ ਜੀ। ਇਹਦਾ ਮੈਨੂੰ ਲੱਗਦਾ ਗਲਾ ਬਣੇ ਆ, ਮਤਲਬ ਪ੍ਰਿੰਟ ਹੋਇਆ ਗਲਾ। ਇਹ ਬਿੱਲੂ ਜਿਹੜੀ ਹੈ ਨਾ ਬੜੀ ਸ਼ੈ ਬਿੱਲੂ ਨਾ ਮਿੱਠੀ। ਹਾਂਜੀ ਬਿਲਕੁਲ, ਇਹ ਬਾਜੀ ਦੁਪੱਟਾ, ਆਹ ਦੁਪੱਟਾ ਪੇਲਾ ਪਾ ਕੇ ਉਹਨਾਂ ਬਹੁਤ ਬਹੁਤ ਜ਼ਿਆਦਾ ਦੇ, ਕਿੰਨੇ ਸੂਟ ਖਾੜੀ ਦੇ ਨੇ ਤਾਂ ਬਹੁਤ ਪਿਆਰੇ ਲਾਓ ਨੇ। ਹਾਂਜੀ ਬਿਲਕੁਲ ਬਿਲਕੁਲ, ਹਾਂਜੀ ਅੱਛਾ ਜੀ, ਇਹਦਾ ਵੀ ਪ੍ਰਿੰਟ ਬਹੁਤ ਪਿਆਰਾ ਮਾਸ਼ਾਅੱਲਾ। ਅੱਲਾ ਪਾਕ ਬਾਜੀ ਤੁਹਾਡੀ ਵੀ ਕਿਸਮਤ 'ਚ ਕਰੇ, ਅਤੇ ਲਾਉਣ ਬਹੁਤ ਪਿਆਰੀ ਹੈ। ਹਾਂਜੀ ਅੰਮਾ ਵੱਡੀ, ਇਹਨੂੰ ਬੜੀ ਬਾਜੀ ਸਮਝ ਨਹੀਂ, ਪ੍ਰਿੰਟ ਦਾ ਮਾਸ਼ਾਅੱਲਾ ਪਿਆਰਾ ਹੈ। ਇਹ ਦੁਪੱਟਾ ਹੈ ਜੀ, ਇਹ ਦੁਪੱਟਾ ਹੈ, ਦੁਪੱਟਾ ਹੈ ਇਹ ਵਾਲਾ ਕਮੀਜ਼, ਇਹਦਾ ਮਤਲਬ ਬਾਰਡਰ ਨੀਚੇ ਬਣਿਆ। ਉਹ ਫਰੰਟ ਸਾਈਡ ਹੈਗੇ, ਪਹਿਲੇ ਫਰੰਟ ਸਾਈਡ ਵਿੱਚ ਦਿਖਾਓ ਨਾ, ਪਹਿਲੇ ਫਰੰਟ ਸਾਈਡ। ਅੱਛਾ ਜੀ ਇਹ ਦੇਖੀ, ਆਹ ਤੇ ਮੀਨਾਰ ਬਣੇ ਨਾ ਮਸਜਿਦ ਦੇ। ਨਹੀਂ ਬਾਜੀ ਇਹ ਉਹ ਜਿਹੜੀ ਹੈ ਨਾ ਉਹ ਸਾਈਡ, ਹਾਂਜੀ ਉਹ ਤੁਸੀਂ ਸਾਈਡ ਤੋਂ
ਤਾਂ ਮੈਂ ਵੀ ਵੇਖਣੀ ਵੀ ਇਹ ਮੀਨਾਰ ਉੱਤੇ ਹਲਦੀ ਉਹਨਾਂ ਦੇ ਨੀਚੇ ਜਾਂਦੇ ਨੇ ਹਾਂਜੀ। ਅੱਛਾ ਜੀ ਆਹ ਇਹਦਾ ਪ੍ਰਿੰਟ, ਇਹ ਫਰੰਟ ਸਾਈਡ ਦੀ ਨਹੀਂ ਸੋਹਣਾ ਸੂਟ ਹੈ ਮਾਸ਼ਾਅੱਲਾ ਵੀ ਸੋਹਣਾ, ਕਲਰ ਵੀ ਬਿਲਕੁਲ ਠੀਕ ਨੇ, ਇਹ ਮਤਲਬ ਨਾ ਡਾਰਕ ਨੇ ਤਾਂ ਬਿਲਕੁਲ ਠੀਕ ਨੇ ਕਲਰ, ਜ਼ਬਰਦਸਤ ਨੇ ਦਰਮਿਆਨੇ ਕਲਰ ਨੇ। ਇਹ ਬੈਕ ਸਾਈਡ ਉਹ ਬਾਜ਼ੂ, ਹਾਂਜੀ ਬੇਟਾ ਬਾਜ਼ੂ ਵੀ ਖੁੱਲ੍ਹੇ ਨੇ ਬਾਜ਼ੂ, ਨਹੀਂ ਤਿੰਨੋਂ ਸੂਟ ਮਾਸ਼ਾਅੱਲਾ ਬਹੁਤ, ਹਾਂਜੀ ਤਿੰਨੋਂ ਸੂਟ ਮਾਸ਼ਾਅੱਲਾ ਬਹੁਤ ਪਿਆਰੇ ਨੇ। ਮੈਨੂੰ ਤੇ ਜ਼ਿਆਦਾ ਜਿਹੜਾ ਨਾ ਮੈਨੂੰ ਇੱਦਾਂ ਇਹ ਦੁਪੱਟਾ ਬਹੁਤ ਪਿਆਰਾ ਲੱਗਿਆ, ਹਾਂਜੀ ਇੱਦਾਂ ਦੁਪੱਟਾ ਮੈਨੂੰ ਸੂਟ ਨਾਲੋਂ ਮੈਨੂੰ ਦੁਪੱਟਾ ਪਿਆਰਾ ਲੱਗਿਆ ਤਾ। ਉਹ ਆਪਣੀ ਜਗ੍ਹਾ 'ਤੇ ਠੀਕ ਹੈ ਨੀਚੇ ਵਾਲਾ, ਉਹ ਵਾਲਾ ਦੁਪੱਟਾ ਇਹ ਆਪਣੀ ਜਗ੍ਹਾ 'ਤੇ ਠੀਕ ਹੈ, ਅਤੇ ਇਹ ਵਾਲਾ ਇਹਦਾ ਦੁਪੱਟਾ ਆਪਣੀ ਜਗ੍ਹਾ 'ਤੇ ਠੀਕ ਹੈ, ਤਿੰਨੋਂ ਬਹੁਤ ਪਿਆਰੇ ਨੇ ਹਾਂਜੀ ਹਾਂਜੀ। ਨਹੀਂ ਨਹੀਂ ਮਾਸ਼ਾਅੱਲਾ ਤਿੰਨੋਂ ਸੂਟ ਬਹੁਤ ਪਿਆਰੇ ਨੇ। ਅਨੈ ਫਤਮਾ ਪੱਪੂ ਕਾ ਸ਼ੂਟ ਖਰਾਬ ਨਾ ਕਰਨਾ, ਉਹ ਮਿੱਠੂ ਮਿੱਠੀ ਹਾਂਜੀ ਬਿਲਕੁਲ ਆਮੀਨ ਹਾਂਜੀ ਬਿਲਕੁਲ ਹਾਂਜੀ ਬਾਜੀ, ਚਾਹਤ ਪਿਆਰ ਦੀ ਗੱਲ ਹੈ ਨਾ, ਇਸ ਐਵੇਂ ਕੌਣ ਕੋਈ ਦਿੰਦਾ। ਅਤੇ ਹਾਂਜੀ ਅੱਲਾਹ ਪਾਕ ਵਧੀਆ ਨਾਲ ਤੰਦਰੁਸਤੀ ਜ਼ਿੰਦਗੀ ਦੇ ਬਹੁਤ ਬਹੁਤ ਜ਼ਿਆਦਾ ਦੇ, ਅੱਲਾਹ ਮੇਰੇ ਭੈਣ ਦੇ ਵੀ ਪਾਣਾ ਨਸੀਬ ਕਰੇ ਸ਼ੁਕਰ ਕੀਤਾ ਉਹਨੇ ਨਿਆਣੇ ਮੈਂ ਵੇਖ ਰਹੇ ਤੋ, ਇਸ ਤੋਂ ਬਾਅਦ ਬਹੁਤ ਤੰਗ ਕੀਤਾ ਇਹਨੇ ਅੱਜ, ਅੱਗੇ ਹਮਨਾ ਹੀ ਬਾ ਹਾਂਜੀ ਉਹ ਅੱਗੇ ਭਾਬੀ ਆਸੀ ਪਿੱਛੇ ਭੱਜ ਜਾਂਦੀ ਸੀ, ਕੁੱਟ ਕੇ ਜੱਫੀ ਪਾ ਲੈਂਦੀ ਕੁੱਟ ਕੇ ਪਾ ਲੈਂਦੀ ਬਾਜੀ, ਫੂਕਾ ਮਾਰਦੀ ਦਮ ਕਰਦੀ ਹੈ ਨਾ ਮਿੱਤੀ। ਅੱਛਾ ਜੀ ਲਾਜ਼ਮੀ ਕਮੈਂਟ ਸੈਕਸ਼ਨ ਦੱਸਿਆ ਜੀ ਕਿ ਤੁਹਾਨੂੰ ਸਭ ਤੋਂ ਪਿਆਰ, ਮੈਨੂੰ ਤਾਂ ਤਿੰਨੇ ਸੂਟ ਕਲਰ ਵੀ ਬਹੁਤ ਪਿਆਰਾ, ਲੋਨ ਮੈਨੂੰ ਇਹ ਬੜੇ ਪਸੰਦ ਆਈ ਕਿਉਂਕਿ ਖਾੜੀ ਦੇ ਸੂਟ ਨੇ, ਲੋਨ ਬੜੀ ਵਧੀਆ ਬੜੀ ਪਿਆਰੀ ਲੋਨ ਹੈ। ਅਤੇ ਕਮੈਂਟ ਸੈਕਸ਼ਨ ਨੇ ਲਾਜ਼ਮੀ ਦੱਸਿਆ ਜੀ ਕਿ ਤੁਹਾਨੂੰ ਸਭ ਤੋਂ ਪਿਆਰਾ ਕਲਰ ਕਿਹੜਾ ਲੱਗਿਆ, ਕਿਉਂਕਿ ਆਪਣੀ ਆਪਣੀ ਜਗ੍ਹਾ 'ਤੇ ਤਿੰਨੋਂ ਸੂਟ ਪਿਆਰੇ ਨੇ, ਤੁਹਾਨੂੰ ਪਤਾ ਮੇਰਾ ਫੇਵਰੇਟ ਕਲਰ ਬਲੈਕ ਹੀ ਹੈ, ਅਤੇ ਬਲੂ ਦਾ ਸਿਰਫ ਜਿਹੜਾ ਨਾ ਦੁਪੱਟਾ ਮੈਨੂੰ ਬੜਾ ਪਿਆਰਾ ਲੱਗਿਆ, ਅਤੇ ਬਾਕੀ ਮਾਸ਼ਾਅੱਲਾ ਤਿੰਨੋਂ ਸੂਟ ਬਹੁਤ ਪਿਆਰੇ ਨੇ, ਅੱਲਾਹ ਪਾਕ ਇਹਨਾਂ ਦੀ ਕਿਸਮਤ 'ਚ ਕਰੇ, ਅਤੇ ਜਿਨ੍ਹਾਂ ਨੇ ਭੇਜੇ ਨੇ ਅੱਲਾਹ ਪਾਕ ਉਹਨਾਂ ਨੂੰ ਤੰਦਰੁਸਤੀ ਜ਼ਿੰਦਗੀ ਦੇ ਬਹੁਤ ਬਹੁਤ ਜ਼ਿਆਦਾ ਦੇ, ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੀ, ਸਾਨੂੰ ਦੁਆਵਾਂ 'ਚ ਯਾਦ ਰੱਖਿਆ ਜੀ, ਅੱਲਾਹ ਹਾਫਿਜ਼ ਬਾਏ ਬਾਏ ਕਰ ਹਾਂਜੀ। ਨਹੀਂ ਮੈਂ ਕਿਹਾ ਮੈਂ ਤੁਹਾਨੂੰ ਵੀਡੀਓ ਬਣਾ ਦੇ ਜੀ, ਉਹ ਸਵਾਲ ਲੱਗਾ ਸੀ ਬੋਲਣ ਆਹ ਰੇਸ਼ਮੀ ਦੁਪੱਟੇ, ਆਹ ਮਸਲਾ ਹੈ ਇੱਕ ਬੱਚੇ ਫੜੇ ਹੋਣ ਤੇ ਰੇਸ਼ਮੀ ਦੁਪੱਟੇ ਉਤਰ ਜਾਂਦੇ ਨੇ ਸਿਰ ਤੋਂ, ਫੂਕਾ ਮਾਰਦੀ ਵੇਖਿਆ ਆਹ ਮਸਲਾ, ਓਕੇ ਜੀ ਅੱਲਾ ਹਾਫਿਜ਼।